ਉਹਦੇ ਘਰ ਦਾ ਘਰ ਹੀ ਤੁਰਿਆ ਜਾਂਦਾ ਓਏ। ਆਲੂ ਲੈ, ਪਿਆਜ਼ ਲੈ, ਗੋਭੀ ਲੈ, ਇਹ ਕਾਲੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ। ਹੈਲੋ ਗਾਇਸ ਐਂਡ ਗਾਇਸ, ਵੈਲਕਮ ਟੂ ਡੇ ਵਿਦ ਸਾਂਝ ਵਲੌਗਸ ਨਾਮ ਹੈ ਗਰਮ ਗਰਮ ਵਲੌਗ, ਮੈਂ ਆਪਣਾ ਸਵਾਗਤ ਹੈ। ਤਾਂ ਮਿੱਤਰੋ ਅੱਜ ਆਪਣੇ 365 ਡੇ ਚੱਲ ਰਿਹਾ ਡੇ 80। ਤੋਂ ਅੱਜ ਮੰਡੇ ਆ ਅਤੇ ਪਿਛਲਾ ਪੂਰਾ ਵੀਕ ਜਿੰਮ ਮਿਸ ਹੋਣ ਤੋਂ ਬਾਅਦ ਅੱਜ ਆਪਾਂ ਜਿੰਮ ਜਾਵਾਂਗੇ। 5 ਵਜੇ ਤਾਂ ਸੋਚਿਆ ਹੋਇਆ ਸੀਗਾ, ਵੈਸੇ 5 ਵਜੇ ਉੱਠਣਾ, ਬਟ ਉਹ ਤਾਂ ਫੇਲ ਹੋ ਗਿਆ। 6 ਵਜੇ ਉੱਠੇ ਹੁਣ ਜਿੰਮ ਜਾਣਾ, ਬਟ 8 ਵਜੇ ਆਪਣੇ ਤੂੜੀ ਵਾਲੇ ਨੇ ਆ ਜਾਣਾ। ਸੋ ਵੀ ਹੈਵ ਟੂ ਐਡਜਸਟ ਅਕੋਰਡਿੰਗਲੀ। ਇੱਕੀ ਵਾਰ ਵੈਦਰ ਚੈੱਕ ਕਰੋ, ਫਿਰ ਤਾਂ ਬੱਦਲ ਹੋ ਗਿਆ। ਇਹ ਕਾਲੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ। ਕਾਲੀ ਸ਼ਕਤੀ ਜਿੰਦਾਬਾਦ। ਚਲੋ ਜੀ ਮਿੱਤਰੋ, ਕਾਫੀ ਦਿਨ ਬਾਅਦ, ਕਾਫੀ ਸਾਲਾਂ ਬਾਅਦ ਜਿੰਮ 'ਚ ਵਾਪਸੀ ਹੋਈ। ਅੱਜ ਪੂਰਾ ਹਫ਼ਤਾ ਮੈਂ ਸੋਇਆ ਪਿਛਲੇ ਵਾਲਾ, ਅੱਜ ਮੰਡੇ, ਅੱਜ ਆਪਣਾ ਹੈਗਾ ਪੋਸਚਰ, ਚੈਸਟ, ਸ਼ੋਲਡਰ, ਟ੍ਰਾਈਸੈਪ। 7 ਵਜੇ ਜਿੰਮ 'ਚ ਐਂਟਰ ਹੋਏ ਹਾਂ, 8 ਵਜੇ ਆਪਾਂ ਨੂੰ ਆਪਣੇ ਦੂਜੇ ਨੇ ਜਾਣਾ, ਤੂੜੀ ਵਾਲੇ ਨੇ, ਤੂੜੀ ਵਾਲਾ ਬੰਦਾ ਆਏਗਾ। ਸੋ ਆਪਾਂ ਨੂੰ ਜਾਣਾ ਪੈਣਾ, ਇੱਕ ਵਾਰ ਵਿੱਚ ਜਿੰਮ ਛੱਡ ਕੇ ਜਾਣਾ ਪੈਣਾ। ਇੱਦਾਂ ਲੱਗ ਰਿਹਾ ਸੁੱਤੇ ਪਏ ਜਿੰਮ ਲਈ ਜਾਂਦੇ ਹਾਂ ਮਾਰੇ ਵਾਲਾ। ਅਸੀਂ ਕੁਛ ਸੋਚਿਆ, ਚਲੋ ਜਿੰਮ ਦੀ ਸ਼ੁਰੂਆਤ ਆ ਹੋਈ। ਅਸੀਂ ਸੋਚਿਆ ਸੀ ਵੀ ਤੂੜੀ ਵਾਲੇ ਆਉਣਗੇ 8 ਵਜੇ, ਹੈ ਨਾ, ਵਿੱਚ ਇੱਕ ਵਾਰ ਜਾਣਾ ਪਊਗਾ। ਤੂੜੀ ਵਾਲੇ ਤਾਂ ਅਜੇ ਨਹੀਂ ਆਏ, ਇੱਕ ਤਾਂ ਜੱਸ ਆ ਗਿਆ ਘਰੇ ਦਾਣੇ ਲੈ ਕੇ, ਜਿਹੜੇ ਆਪਾਂ ਪਰਸੋਂ ਉਹਨਾਂ ਦੇ ਛੱਡ ਕੇ ਆਏ ਸੀਗੇ, ਉਹਦੀ ਟਰਾਲੀ 'ਚ ਮੰਡੀ 'ਚੋਂ ਲੈ ਕੇ ਆਏ ਸੀਗੇ ਨਾ, ਘਰੇ ਆਪਣੇ ਘਰੇ ਆਉਣ ਵਾਲੇ ਬਾਕੀ ਸੀਗੇ। ਦੂਸਰਾ ਰਮਨ ਦਾ ਫੋਨ ਆ ਚੁੱਕਾ, ਟਰਾਲੀ ਪਾਉਣੀ ਆ। ਤੀਸਰਾ ਆਪਣੇ ਬੰਦਿਆਂ ਦਾ ਫੋਨ ਆ ਚੁੱਕਾ, ਜਿਹਨਾਂ ਨੇ ਤੂੜੀ ਪਾਉਣੀ ਆ। ਜਿੰਮ ਆਪਾਂ ਨੂੰ ਫਿਲਹਾਲ ਰੋਕਣਾ ਪੈ ਰਿਹਾ, ਜੇ ਇੱਕੀ ਐਕਸਰਸਾਈਜ਼ ਲਈ ਸੀਗੀ ਬੈਂਚ ਪ੍ਰੈਸ। ਸੋ ਚਲੋ ਹੁਣ ਚੱਲਦੇ ਹਾਂ, ਵਾਪਸੀ ਕਰਦੇ ਹਾਂ ਫਿਰ। ਆ ਗਿਆ ਬਈ, ਆ ਗਿਆ। ਨਮਸਕਾਰ। ਚਲੋ ਇਹ ਤਾਂ 6 ਬੋਰੇ ਸੀਗੇ, ਥੋੜ੍ਹਾ ਜਿਹਾ ਕੰਮ ਸੀ। ਚੱਲ ਬਈ, ਤੰਗਲੀ ਦੇ ਪੱਲੀਆਂ ਹੈ ਨਹੀਂ ਸੀਗੀਆਂ ਆਪਣੇ ਕੋਲ, ਲੈ ਕੇ ਆਏ ਹਨੀ ਕਿਉਂ। ਅਬ ਯਹਾਂ ਪੇ ਬੰਦਾ ਲੱਗੇਗਾ ਔਰ ਤੂੜੀ ਕੋ ਅੰਦਰ ਫੇਂਕੇਗਾ। 8:30 ਹੋ ਗਏ ਮਿੱਤਰੋ, ਤੂੜੀ ਦੀ ਮਸ਼ੀਨ ਵਾਲੇ ਤਾਂ ਨਹੀਂ ਆਏ ਹਜੇ, ਪਰ ਤੂੜੀ ਪਾਉਣ ਵਾਲੇ ਬੰਦੇ ਪਹੁੰਚ ਚੁੱਕੇ ਆ। ਟੀਮ ਪਹੁੰਚ ਚੁੱਕੀ ਪੂਰੀ, ਹਮ ਹਮ ਆ ਕੇ ਸਰੋਜ ਐਂਡ ਸੰਸ। ਜਿੰਮ ਦਾ ਆਪਣਾ ਰੌਲ ਗਿਆ ਲੱਗਦਾ ਹੁਣ। ਹਜੇ ਆਪਾਂ ਚਿੱਟਾ ਦੁੱਧ ਲੈ ਕੇ ਆਉਣਾ, ਪਲੱਸ ਬੰਦਿਆਂ ਦੀ ਚਾਹ ਲੈ ਕੇ ਆਉਣੀ ਹੈ। ਨੈਟ ਪਰ ਜਾਏਗਾ ਜੇ, ਮੇਰਾ ਚੈਨਲ ਹੈ ਯੂਟਿਊਬ ਪਰ। ਚਲੋ ਜੀ ਮਿੱਤਰੋ, ਜਿੰਨਾ ਟਾਈਮ ਚਾਹ ਬਣ ਰਹੀ ਹੈ ਸਰੋਜ ਐਂਡ ਸੰਸ ਦੀ, ਉਨਾ ਟਾਈਮ ਚਿੱਟਾ ਦੁੱਧ ਲੈ ਆਉਂਦੇ ਹਾਂ। ਚਲੋ ਜੀ, ਆ ਚੁੱਕੀ ਹੈ ਚਾਹ। ਆਵੇ ਕਣੀਆਂ ਡਿੱਗਣੀ ਸ਼ੁਰੂ ਹੋ ਗਈਆਂ ਫੇਰ। ਮੀਂਹ ਆ ਗਿਆ ਬਈ, 9 ਵੱਜ ਗਿਆ ਵੀ ਮਿੱਤਰੋ। ਤੂੜੀ ਵਾਲੇ ਤਾਂ ਆਪਣੇ ਆ ਰਹੇ ਆ, ਫੋਨ ਆ ਗਿਆ ਉਹਨਾਂ ਦਾ, ਬਟ ਮੈਨੂੰ ਲੱਗਦਾ ਨਹੀਂ ਸਾਡਾ ਜਿੰਮ ਜਾ ਹੋਣਾ ਹੁਣ। ਚੈਸਟ ਕਹਿੰਦੀ ਹੁਣੀ ਗਰਮ ਕਰਕੇ ਠੰਡਾ ਹੀ ਛੁੱਟ ਦਈਏ। ਤੂੜੀ ਦਾ ਕੰਮ ਆਪਣਾ ਨਾਲ ਦੀ ਨਾਲ ਹੀ ਹੋਈ ਜਾਂਦਾ, ਟਰਾਲੀ ਆਈ ਜਾਂਦੀ ਆ ਅਤੇ ਬੰਦੇ ਪਾਈ ਜਾਂਦੇ ਆ। ਮਿੱਤਰੋ 10 ਵੱਜ ਚੁੱਕੇ ਆ, ਜਿੰਮ ਤਾਂ ਅੱਜ ਆਪਣਾ ਹੋ ਗਿਆ, ਅੱਜ ਦਾ ਕੈਂਸਲ। ਹੁਣ ਇੱਥੇ ਆਪਾਂ ਛੱਡ ਕੇ ਵੀ ਨਹੀਂ ਜਾ ਸਕਦੇ, ਟਰਾਲੀ ਟਰੂਲੀ ਲਵਾਉਣੀ ਹੁੰਦੀ ਅੰਦਰ। ਓਏ ਥੋੜ੍ਹੀ ਜਿਹੀ ਆਫ ਰੋਡਿੰਗ ਕਰ ਲਈਏ, ਇਹ 4x4 ਤਾਂ ਨਹੀਂ ਹੈਗਾ, 2x2 ਆ। ਚਲੋ ਵੀ ਜਿੰਮ ਪਾਰਟ 2 ਹੋਣ ਲੱਗਾ ਸਟਾਰਟ। ਤੋ ਫਿਰ ਮਾਰੇ ਹਮਨੇ ਇਹ ਵਾਲਾ, ਔਰ ਮਾਰੇ ਹਮਨੇ ਇਹ ਵਾਲਾ, ਤੋ ਹਮਨੇ ਮਾਰੇ ਇਹ ਵਾਲਾ, ਫਿਰ ਮਾਰੇ ਹਮਨੇ ਇਹ ਵਾਲਾ, ਫਿਰ ਮਾਰੇ ਹਮਨੇ ਇਹ ਵਾਲਾ। ਬਾਹਰ ਵੀ ਮੀਂਹ ਸਟਾਰਟ ਹੋ ਗਿਆ ਬਈ, ਮੋਟਰ 'ਤੇ ਵੀ ਪਤਾ ਨਹੀਂ ਹੁਣ ਕੰਮ ਰੁਕ ਗਿਆ ਹੁਣ ਆਪਣਾ ਤੂੜੀ ਵਾਲਾ ਵੀ, ਗੇਟ ਗੂਟ ਖੁੱਲ੍ਹੇ ਹੀ ਪਏ ਆ ਹੁਣ, ਪਤਾ ਨਹੀਂ ਕੀ ਹੋਇਆ ਹੋਣਾ। ਮਾਰੇ ਹਮਨੇ ਇਹ ਵਾਲਾ, ਔਰ ਮਾਰੇ ਹਮਨੇ ਇਹ ਵਾਲਾ, ਪਹਿਲਾਂ ਮਾਰ ਕੇ ਹਮਨੇ ਕਦੀਆ ਖਤਮ। ਅੱਜ ਆਇਆ ਸਵਾਦ ਜਿਹਾ ਮਿਲਾਉਣ ਦਾ, ਗਰਮੀ ਗਰਮੀ ਹੋ ਗਿਆ, ਟਾਈਮ ਵੀ 12 ਵੱਜਣ ਵਾਲੇ ਆ, ਦੁਪਹਿਰ ਹੋ ਗਈ ਆ, ਗਰਮੀ ਤਾਂ ਆਉਣੀ। ਚਲੋ ਹੁਣ ਚੱਲਦੇ ਹਾਂ, ਜਾ ਕੇ ਦੇਖਦੇ ਹਾਂ ਹਿਸਾਬ ਕਿਤਾਬ ਕੀ ਬਣਿਆ। ਉੱਤੋਂ ਗਰਮ ਹੋਇਆ ਹੁਣ, ਥੱਲੇ ਠੰਡੇ ਹੋ ਜਾਣਾ। ਲਓ ਜੀ ਮਿੱਤਰੋ, ਕੰਮ ਰੁਕ ਚੁੱਕਾ ਆ, ਜਾ ਚੁੱਕੇ ਬੰਦੇ ਵਾਪਸ। ਚਲੋ ਜਿੰਨੀ ਸੀਗੀ ਉਹਦਾ ਪਗਾ ਆ, ਨਾਲ ਦੀ ਨਾਲ ਹੀ ਚੱਕਤਾ ਕੰਮ। ਸਾਈਕਲ ਤਾਂ ਇੱਥੇ ਖੜ੍ਹਾ ਉਹਨਾਂ ਦਾ, ਮੂਹਰੇ ਸਪੋਰਟ ਸਿਸਟਮ ਵੀ ਲਾਤਾ, ਜਿਹੜੇ ਆਪਣੇ ਇੱਥੇ ਸਮਾਨ ਪਿਆ ਸੀਗਾ। ਫਿਲਹਾਲ ਲਈ ਤਾਂ ਕੰਮ ਰੁਕ ਗਿਆ, ਹੁਣ ਮੇਲਾ ਤਾਂ ਅੱਜ ਹੋਣਾ ਨਹੀਂ, ਜਿਹੜੇ ਹਿਸਾਬ ਨਾਲ ਮੀਂਹ ਪੈ ਰਿਹਾ ਹੌਲੀ ਹੌਲੀ, ਇੱਦਾਂ ਦਾ ਸਾਰਾ ਦਿਨ ਹੀ ਚੱਲਦਾ ਰਹਿੰਦਾ। ਇਹ ਮੈਨੂੰ ਜਾਂ ਤਾਂ ਪੈਂਚਰ ਪੁੰਚਰ ਲੱਗਦਾ, ਤੀਜੇ ਦਿਨ ਹੀ ਹਵਾ ਨਿਕਲ ਜਾਂਦੀ ਹੈ। ਉਹ ਵੀ ਕਾਫੀ ਦਿਨ ਹਵਾ ਤਾਂ ਮੋਟਰ ਦਿੰਦੇ। ਆਲ ਰਾਈਟ,
ਸਪੈਸ਼ਲ ਇਹਦਾ ਗੇੜੀ ਮਾਰਨ ਕਾਫੀ ਦਿਨ ਬਾਅਦ ਆਏ ਆ, ਉਹਦਾ ਕੰਮ ਕੁੰਮ ਕਰਕੇ ਤਾਂ ਹੁਣ ਪਤਾ ਨਹੀਂ ਯਾਦ ਨਹੀਂ ਕਿੱਦਾਂ ਆਏ ਸੀਗੇ ਲਾਸਟ। ਮੋਟਰ 3 ਤੇ ਆਹ ਵਾਲੇ ਏਰੀਏ 'ਚ ਥੋੜ੍ਹਾ ਜਿਹਾ ਇੱਥੇ ਤੂੜੀ ਸਵੇਰੇ ਬਣਾਈ ਸੀਗੀ, ਇਸ ਕਰਕੇ ਕਿਉਂਕਿ ਜਿਹੜੀ ਆਪਾਂ 10 ਟਰਾਲੀਆਂ ਆਪਣੇ ਅੰਦਰ ਸਟੋਰ ਕਰਨੀਆਂ, ਉਸ ਤੋਂ ਬਾਅਦ ਜਿਹੜੀ ਐਕਸਟਰਾ ਬਚੂਗੀ ਉਹਨੂੰ ਇੱਥੇ ਆਪਾਂ ਢੇਰੀ ਕਰਨਾ ਸਾਰੀ ਨੂੰ, ਅਤੇ ਫਿਰ ਇੱਥੋਂ ਵੇਚਾਂਗੇ ਉਹਨੂੰ। ਬਾਕੀ ਹੁਣ ਮੌਸਮ ਸੈੱਟ ਹੋ ਚੁੱਕਿਆ, ਬੱਦਲ ਬੁੱਦਲ ਤਾਂ ਜਾ ਚੁੱਕਿਆ, ਆਪਣਾ ਸਾਰਾ ਕੰਮ ਹੋ ਚੁੱਕਾ, ਕਣਕ ਵੀ ਵੱਢ ਹੋ ਚੁੱਕੀ ਆ, ਤੂੜੀ ਵੀ ਬਣ ਜਾਣੀ ਆ, ਬੰਦੇ ਆਪਣੇ ਹਜੇ ਤੱਕ ਨਹੀਂ ਪਹੁੰਚੇ। ਉਹਦੇ ਘਰ ਦਾ ਘਰ ਹੀ ਤੁਰਿਆ ਜਾਂਦਾ ਵੇ, ਦੇਸੀ ਟਾਈਟੈਨਿਕ ਟਾਈਟੈਨਿਕ ਪਾਰਟ 2। ਸੋ ਤੂੜੀ ਵਾਲਾ ਮਿਸ਼ਨ ਆਪਣਾ ਕੱਲ੍ਹ ਨੂੰ ਰਿਜ਼ਿਊਮ ਹੋਊਗਾ। ਹੁਣ ਦੇਖੋ ਹੁਣ ਫਾਈਨਲ, ਬਸ ਥੱਲੇ ਬਚਦਾ ਇਹਦਾ ਕੁਛ ਨਹੀਂ ਕਰਨਾ, ਇਹਨੂੰ ਜ਼ਿਆਦਾਤਰ ਅੱਗ ਲਾਈ ਦਿੱਤੀ ਜਾਂਦੀ ਹੈ, ਪਰ ਹੁਣ ਆਪਾਂ ਅੱਗ ਨਹੀਂ ਲਾਉਣੀ, ਜਿੱਦਾਂ ਤੂੜੀ ਬਣ ਗਈ ਕੱਲ੍ਹ ਨੂੰ ਜਾਂ ਪਰਸੋਂ ਨੂੰ ਆਪਾਂ ਨਾਲ ਹੀ ਉਸ ਤੋਂ ਬਾਅਦ ਬਾਹ ਦੇਣਾ ਇਹਨੂੰ। ਚਲੋ ਜੀ ਮਿੱਤਰੋ, 7:45 ਹੋਣ ਵਾਲੇ ਆ, ਅਤੇ ਸਾਡਾ ਹੁਣ ਇੱਕਦਮ ਪਲੈਨ ਬਣ ਗਿਆ ਸ਼ਹਿਰ ਨੂੰ ਜਾਣ ਦਾ। ਇੱਕ ਤਾਂ ਥੋੜ੍ਹੇ ਕੱਪੜੇ ਜਿਹੇ ਲੈਣ ਵਾਲੇ ਸੀਗੇ, ਖਰੀਦਣ ਵਾਲੇ ਸੀਗੇ, ਦੂਸਰਾ ਸੌਦਾ ਖਰੀਦਣ ਵਾਲਾ ਸੀਗਾ। ਟਾਈਮ ਨਹੀਂ ਮਟ ਰਿਹਾ ਸੀ, ਆਹੀ ਟਾਈਮ ਸੀਗਾ ਵਲੋਗ ਐਡਿਟ ਕਰਕੇ ਅਪਲੋਡ ਕਰਤਾ। ਸੋ ਮੈਂ ਕਿਹਾ ਚਲੋ ਹੁਣ ਜਾਇਆ ਉਹਨੇ, ਇੰਨੇ ਟਾਈਮ 'ਚ ਆਲੂ ਲੈ, ਪਿਆਜ਼ ਲੈ, ਗੋਭੀ ਲੈ, ਅਦਰਕ ਲੈ। ਚਲੋ ਜੀ ਸੌਦਾ ਪੱਤਾ ਤਾਂ ਡਨ, ਬਿਲਕੁਲ ਟਾਈਮ ਜਿਹਾ 'ਤੇ ਪਹੁੰਚੇ, ਸਟੋਰ ਬੰਦ ਹੋਣ ਵਾਲਾ ਹੀ ਸੀਗਾ। ਇਹ ਸਾਡਾ ਪਲੈਨ ਸੀ ਪਹਿਲਾਂ ਕੱਪੜੇ ਲਿਜਾਣ ਦਾ, ਚਲੋ ਵਧੀਆ ਰਹਿ ਗਿਆ। ਇੱਧਰ ਹੁਣ ਇਹ ਨਹੀਂ ਪਤਾ ਉਹ ਬੰਦ ਹੋ ਗਿਆ ਹੋਣਾ। ਪਹਿਲਾਂ ਤਾਂ ਪਜਾਮਾ ਸਲੈਕਟ ਕਰੀਏ, ਇੱਕ ਆਹ ਸ਼ੋਰਟ ਲਿਸਟ ਕੀਤਾ ਜਟਾਂ ਨੇ, ਇੱਕ ਆਹ ਭਾਈ ਕਾਲਾ ਕਾਲਾ ਹੀ ਕਰਦਾ ਥੋੜ੍ਹਾ ਹੋਰ ਦੱਸੋ, ਇਹ ਕਾਲੀ ਦੁਨੀਆ ਮੇਰਾ ਸਾਥ ਨਹੀਂ ਕਰ ਰਹੀ ਯਾਰ। ਇੱਕ ਪਜਾਮਾ ਗ੍ਰੀ ਕਲਰ ਦਾ ਖੁੱਲ ਜਾਣਾ, ਕੱਦੂ ਕੁੱਦੂ 'ਚ ਸਹੀ ਰਹਿਣਾ, ਜੋ ਜ਼ਿਆਦਾ ਚੀਜ਼ਾਂ ਹੈ ਉਹ ਬੰਦਾ ਕਨਫਿਊਜ਼ ਹੋ ਜਾਂਦਾ ਲੈ ਆ ਕੇ ਜਾਵੇ, ਹੈ ਨਾ। ਕਾ ਮੈਂ ਚਾਹੁੰਦਾ ਵੀ ਇੱਕ ਰੰਗ ਹੋਰ ਹੋ ਜਾਵੇ ਕੋਈ, ਕਾਲੇ 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 ਹੀ ਕਾਲੇ ਹੋ ਗਏ। ਆਹ ਦੇਖ ਲਓ ਭਾਈ, ਵਧੀਆ ਸੁੱਕ ਨਾ, ਅੱਜ ਕੱਲ੍ਹ ਰੰਗ ਵੀ ਕਾਲਾ ਹੀ ਆ। ਇਹ ਤਾਂ ਭਾਜੀ ਕੁੜਤੇ ਪਜਾਮੇ ਵਾਲਾ ਲੱਗਦਾ, ਕੱਪੜੇ ਦੇਖ ਭਾਜੀ ਨੇ ਪੂਰੇ ਐਨ ਉਹਨੇ ਸ਼ਾਹੀ ਰੱਖੇ ਆ, ਬੰਦ ਕਰਦੇ ਮਾੜਾ ਜਿਹਾ ਹੁਣ ਪ੍ਰਾਈਵੇਟ ਯੂ ਨੋ। ਚਲੋ ਜੀ ਇੱਕ ਵੱਖਰਾ ਰੰਗ ਹੋ ਗਿਆ। ਭਾਜੀ ਆਨਲਾਈਨ ਨਹੀਂ ਸ਼ੁਰੂ ਕੀਤਾ ਕੰਮ? ਕਰਤਾ ਸ਼ੁਰੂ ਆਨਲਾਈਨ, ਡਿਲੀਵਰੀ ਕਰਦੇ ਆ, ਕੁਰੀਅਰ ਕਰੀਦਾ। ਠੀਕ ਆ, ਆਹ ਬੜੀ ਘੈਂਟ ਜੀ ਚੀਜ਼ ਲੱਗੀ ਮੈਨੂੰ, ਪੇਂਡੂ ਦਾ ਅੰਡਰਸਕੋਰ ਦਾ ਫੈਸ਼ਨ ਅੱਡਾ ਹੈ। ਇਹ ਫਿਲਹਾਲ ਆਪਾਂ ਪਜਾਮੇ ਲਏ ਆ, ਅਤੇ ਟੀ ਸ਼ਰਟਾਂ ਕੱਢਣ ਵਾਲੀਆਂ ਪਈਆਂ ਜਿਹੜੀ ਘਰ ਕੋਲ ਪਾਉਣੀਆਂ, ਫਿਰ ਲੈ ਕੇ ਜਾਵਾਂ। ਬਾਹਰ ਕੀ ਹੋ ਗਿਆ ਓਏ, ਇੱਧਰ ਹਨੇਰੀ ਤੂਫਾਨ ਚੜਿਆ ਪਿਆ। ਅਸੀਂ ਆਉਣ 'ਚ ਥੋੜ੍ਹਾ ਜਿਹਾ ਲੇਟ ਹੋ ਗਿਆ ਵਲੋਗ ਅਪਲੋਡ ਕਰਨਾ ਕਰਕੇ, ਪਹਿਲਾਂ ਆਉਣਾ ਚਾਹੀਦਾ ਸੀ। ਕਾਲੀ ਕਾਲੀ 'ਚ ਹੋ ਗਿਆ ਕੰਮ, ਚਲੋ ਜੋ ਮੇਨ ਕਰਨਾ ਸੀ, ਪਜਾਮੇ ਮੁੱਕੇ ਸੀਗੇ, ਪਜਾਮੇ ਲੈਣ ਵਾਲੇ ਸੀਗੇ, ਇੱਕ ਸੌਦਾ ਖਤਮ ਸੀਗਾ, ਫਰੂਟ ਫਰਾਟ ਰਹਿ ਗਿਆ, ਦੁਕਾਨਾਂ ਬੰਦ ਹੋ ਗਈਆਂ, 9 ਵੱਜ ਗਏ ਆ। ਅੱਜ ਦਿਨੇ ਬਾਈ ਨੀਂਦ ਆ ਗਈ ਖਰੀ ਜੀ, ਅੱਧਾ ਘੰਟਾ ਸੁੱਤਾ ਮੈਂ, ਨਜ਼ਾਰਾ ਆ ਗਿਆ ਬਾਈ, ਸਿਰਾ ਸਿਰਾ ਹੋ ਗਿਆ ਸਿਰਾ, ਇਹ ਤਾਂ ਕਾਫੀ ਟਾਈਮ ਸੁੱਤਾ ਰਿਹਾ ਅੱਜ, ਪਰ ਵਧੀਆ ਹੋ ਗਿਆ ਤੇਰੇ ਫੋਨ ਨੂੰ ਆਰਾਮ ਮਿਲ ਗਿਆ, ਨਹੀਂ ਤਾਂ ਹਰ ਟਾਈਮ ਟੁੱਕ 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 ਰੀਲਾਂ ਖੜਕਦੀਆਂ, ਸਾਰੇ ਰੀਲਾਂ ਦੇ ਟ੍ਰੈਂਡ ਦੇ ਮੋਹਰ ਦੀ ਹੋ ਜਾਂਦੇ ਆ। ਲੋ ਇਹ ਬਾਹਰ ਹਨੇਰੀ ਚੱਲ ਰਹੀ ਆ, ਅੱਜ ਦੁਬਾਰਾ ਤੋਂ ਗੇਟ ਫੜ ਕੇ ਰੱਖਣਾ ਪੈਣਾ, ਨਹੀਂ ਤਾਂ ਪਹਿਲਾਂ ਵਾਲਾ ਕਾਂਡ ਹੋ ਜਾਣਾ ਆਪਣੇ ਨਾਲ। ਆ ਦੇਖੋ ਆ ਦੇਖੋ ਆ ਦੇ ਆਹ ਕੰਮ ਆਉਣਾ, ਦੱਸੋ ਵੀ ਕੀ ਹੋਇਆ ਸੀਗਾ ਇਹ ਗੇਟ ਦੇ, ਦੇਖਦੇ ਕਿਹਨੂੰ ਕਿਹਨੂੰ ਪਤਾ ਕੀ ਹੋਇਆ ਸੀ ਇਸ ਗੇਟ ਦੇ ਕਾਂਡ, ਦੱਸੋ ਵੀ ਕਮੈਂਟਾਂ 'ਚ। ਚੱਲ ਠੀਕ ਆ ਗੱਡੀ ਜੀ, ਤੁਸੀਂ ਮਿੱਤਰੋ ਸੈਰ 'ਤੇ ਆ ਚੁੱਕੇ ਹਾਂ ਜੀ, ਆਲਮੋਸਟ 10 ਵੱਜ ਚੁੱਕੇ, ਆਲਮੋਸਟ ਨਹੀਂ 10 ਹੀ ਵੱਜ ਗਏ ਆ, 7000 ਦੇ ਰਾਊਂਡ ਸਟੈਪ ਹੋਏ ਆ ਜੀ ਆਪਣੇ। ਉਹ ਜੀ ਆਪਣੀ ਮੋਟਰ ਬੰਨ 'ਤੇ ਆ ਸਾਈਕਲ ਰਹਿ ਗਿਆ, ਬੰਦੇ ਜਿਹੜੇ ਸਵੇਰੇ ਤੂੜੀ ਵਾਲੇ ਆਏ ਸੀ, ਇਹ ਫਰਾਉਣ ਜਾਣਾ ਆਪਾਂ ਹੁਣ, ਨੇੜੇ ਆ ਮੋਟਰ। ਉਹ ਜੀ ਸਫ਼ਰਾਂ 'ਤੇ ਨਿਕਲੇ ਹੋਏ ਆ ਸਾਈਕਲ ਦੇ, ਇੱਥੇ ਤੱਕ ਤਾਂ ਵੈਸੇ ਆਪਾਂ ਰੋਜ਼ ਆਉਂਦੇ ਹੀ ਹੁੰਦੇ ਹਾਂ ਸੈਰ ਕਰਦੇ ਕਰਦੇ, ਰਸਤੇ 'ਚ ਹੀ ਆ, ਰਸਤੇ 'ਚ ਹੀ ਉਹਨਾਂ ਦਾ ਬੰਗਲੋ। ਇਹ ਕਿੱਦਾਂ ਛੱਡ ਆਉਂਦੇ ਸੀ ਉੱਥੇ, ਤੂੰ ਵੀ ਸਿਖਾ ਦੋ ਆਇਆ? ਨਹੀਂ ਮੈਂ ਨਹੀਂ। ਅੱਛਾ ਹੋਰ ਕੋਈ ਲੈ ਕੇ ਆਇਆ ਹੋਣਾ ਸਾਈਕਲ? ਚਲੋ ਜੀ ਮਿੱਤਰੋ, 10 ਸਟੈਪ ਅੱਜ ਦੇ ਹੋ ਗਏ ਡਨ, ਟਾਈਮ ਹੋ ਚੁੱਕਿਆ 10:30। ਚਲੋ ਜੀ ਮਿੱਤਰੋ, ਆਲਮੋਸਟ 11:30 ਹੋ ਚੁੱਕਿਆ, ਸੋ ਅੱਜ ਕਾਫੀ ਦਿਨਾਂ ਬਾਅਦ ਸਕ੍ਰਿਪਟ ਦਾ ਮੱਥਾ ਮਾਰਿਆ, ਸੋ ਆਪਣਾ ਟਾਈਮ ਹੋ ਚੁੱਕਿਆ ਸੌਣ ਦਾ ਅਤੇ ਬੈਡਰੂਮ ਜਿੱਥੇ ਪਾਉਣ ਦਾ, ਸੋ ਮੈਨੂੰ ਦਿਓ ਇਜਾਜ਼ਤ, ਥੈਂਕ ਯੂ ਸੋ ਮਚ ਅੱਜ ਇਸ ਬਲੌਗ ਕੋ ਭੋਜਨੇ ਕੇ ਲਈ, ਮਿਲਦੇ ਹਾਂ ਕੱਲ੍ਹ ਵਾਲੇ ਬਲੌਗ ਮੈਂ।